ਬੋਲੀਏ ਭਗਵਾਨ ਸ਼੍ਰੀ ਚੰਦਰ ਮਹਾਰਾਜ ਕੀ ਜੈ। ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਵੱਡੇ ਸਪੁੱਤਰ ਭਗਵਾਨ ਸ਼੍ਰੀ ਚੰਦਰ ਮਹਾਰਾਜ ਜੀ ਦੇ 530ਵੇਂ ਪ੍ਰਕਾਸ਼ ਦਿਹਾੜੇ ਨੂੰ ਸੰਸਾਰ ਭਰ ਦੇ ਵਿੱਚ 12 ਸਤੰਬਰ ਨੂੰ ਭਾਦਰੋਂ ਸੁਦੀ ਨੌਵੀਂ ਵਾਲੇ ਦਿਨ ਮਨਾਇਆ ਜਾ ਰਿਹਾ ਹੈ। ਸੋ ਅਸੀਂ ਆਪਣੇ ਉਦਾਸੀਨ ਸੰਪਰਦਾ ਦੇ ਅਸਥਾਨ ਡੇਰਾ ਬਾਬਾ ਪੁਸ਼ਵਾਨੰਦ ਮੁੱਲਾਂਪੁਰ ਫਤਿਹਗੜ੍ਹ ਸਾਹਿਬ ਵੱਲੋਂ ਸਮੂਹ ਸੰਸਾਰ ਦੀਆਂ ਸੰਗਤਾਂ ਨੂੰ, ਮਹਾਂਪੁਰਸ਼ਾਂ ਨੂੰ ਭਗਵਾਨ ਸ਼੍ਰੀ ਚੰਦਰ ਮਹਾਰਾਜ ਜੀ ਦੇ ਪਾਵਨ ਪ੍ਰਕਾਸ਼ ਦਿਹਾੜੇ ਦੀਆਂ ਬਹੁਤ ਬਹੁਤ ਵਧਾਈਆਂ ਦਿੰਦੇ ਹਾਂ। ਗੁਰੂ ਮਹਾਰਾਜ ਭਗਵਾਨ ਸ਼੍ਰੀ ਚੰਦਰ ਜੀ ਸਾਡੇ ਸਾਰਿਆਂ 'ਤੇ ਮੇਰਾ ਪ੍ਰਿਆ ਹੱਥ ਰੱਖ ਕੇ ਆਪਣੀ ਆਸ਼ੀਰਵਾਦ ਦੇ ਨਾਲ, ਆਪਣੀ ਬਖਸ਼ਿਸ਼ ਦੇ ਨਾਲ ਸਾਨੂੰ ਆਪਣੀਆਂ ਚਲਾਈਆਂ ਹੋਈਆਂ ਪਰੰਪਰਾ ਅਨੁਸਾਰ ਉਦਾਸੀਨ ਸੰਪਰਦਾ ਦੇ ਅਖਾੜੇ ਦੁਆਰਿਆਂ ਦੀਆਂ ਜਿਹੜੀ ਸੇਵਾਵਾਂ ਨੇ ਉਹ ਕਰਨ ਦੇ ਲਈ ਆਪਣਾ ਆਸ਼ੀਰਵਾਦ ਬਖਸ਼ਿਸ਼ ਕਰਨ। ਸਾਨੂੰ ਧਰਮ ਕਰਮ ਦੇ ਕਾਰਜ ਲਈ ਜਿਸ ਤਰ੍ਹਾਂ ਸਾਡੀਆਂ ਇਹ ਮਹਾਰਾਜ ਨੇ ਜ਼ਿੰਮੇਵਾਰੀਆਂ ਲਾਈਆਂ ਨੇ, ਸਾਨੂੰ ਇਹ ਭੇਖ ਧਾਰਨ ਕਰਨ ਦਾ ਸੁਭਾਗ ਬਖਸ਼ਿਸ਼ ਹੋਇਆ ਹੈ, ਉਸ ਅਨੁਸਾਰ ਅਸੀਂ ਉਹਨਾਂ ਪਰੰਪਰਾ ਅਨੁਸਾਰ, ਉਹਨਾਂ ਸੰਸਕਾਰਾਂ ਅਨੁਸਾਰ ਸਮਾਜ ਦੀ, ਧਰਮ ਦੀ, ਦੇਸ਼ ਦੀ, ਮਨੁੱਖਤਾ ਦੀ ਜਿਹੜੀਆਂ ਸੇਵਾਵਾਂ ਹਨ ਉਹ ਅਸੀਂ ਕਰਦੇ ਜਾਈਏ। ਅਤੇ ਧਰਮ ਕਰਮ ਦਾ ਜਿਹੜਾ ਪ੍ਰਚਾਰ ਹੈ, ਜਿਹੜਾ ਜੁੰਮੇ ਸਾਡੇ ਗੁਰੂ ਨਾਨਕ ਦੇ ਘਰ ਦੇ ਵਿੱਚੋਂ ਲੱਗਿਆ ਵਾ, ਉਸ ਨੂੰ ਅਸੀਂ ਕਰਕੇ ਉਸ ਮੇਰੇ ਮਾਲਕ ਦੇ ਧੰਨ ਬਾਬਾ ਸ਼੍ਰੀ ਚੰਦਰ ਮਹਾਰਾਜ ਦੇ ਆਸ਼ੀਰਵਾਦ ਨੂੰ ਹਾਸਲ ਕਰੀਏ। ਬਹੁਤ ਬਹੁਤ ਵਧਾਈਆਂ। ਅਤੇ ਅਸੀਂ ਗੌਰਵ ਸ਼ੇਰਪੁਰੀ ਜਿਹੜੇ ਕਿ ਬਹੁਤ ਹੀ ਸੁਹਿਰਦਾ ਦੇ ਨਾਲ ਅਤੇ ਬੜੀ ਜ਼ਿੰਮੇਵਾਰੀ ਨਾਲ ਬਹੁਤ ਵੱਡਾ ਧਰਮ ਦਾ ਪ੍ਰਚਾਰ ਹੈ, ਪ੍ਰਸਾਰ ਹੈ, ਜਿਹੜਾ ਉਹ ਭਗਵਾਨ ਸ਼੍ਰੀ ਚੰਦਰ ਸੰਪਰਦਾਵਾਂ ਦਾ ਪ੍ਰਚਾਰ ਹੈ ਜਿਹੜੇ ਕਰਦੇ ਜਾ ਰਹੇ ਨੇ। ਅਸੀਂ ਉਹਨਾਂ ਨੂੰ ਵੀ ਬਹੁਤ ਬਹੁਤ ਵਧਾਈ ਦਿੰਦੇ ਹਾਂ ਕਿ ਮਹਾਰਾਜ ਉਹਨਾਂ ਨੂੰ ਹੋਰ ਇਸੇ ਤਰ੍ਹਾਂ ਆਸ਼ੀਰਵਾਦ ਦੇ ਕੇ, ਹੌਸਲਾ ਅਤੇ ਹਿੰਮਤ ਦੇ ਕੇ ਇਸ ਪ੍ਰਸਾਰ ਅਤੇ ਪ੍ਰਚਾਰ ਕਰਨ ਦੇ ਲਈ ਉਹ ਹੋਰ ਉਤਸੁਕਤਾ ਨਾਲ ਅਤੇ ਉਤਸ਼ਾਹ ਨਾਲ ਇਹ ਸੇਵਾਵਾਂ ਕਰਨ। ਬਹੁਤ ਬਹੁਤ ਧੰਨਵਾਦ। ਬੋਲੀਏ ਬਾਬਾ ਸ਼੍ਰੀ ਚੰਦਰ ਮਹਾਰਾਜ ਕੀ ਜੈ।